ਭਰਾਵੋ ਤੁਹਾਡੀ ਮਿਹਨਤ ਆ ਯੂਟਿਊਬ ਵਾਲਿਆਂ ਦੀ, ਇਸ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਹੈ ਤੇ ਭਰਾਵੋ ਇਹ ਦੇਸੀ ਜਿਹਾ ਚੈਨਲ ਬਣਾਇਆ ਸਾਡੇ ਵੀਰ ਨੇ, ਇਹਨੂੰ ਲਾਈਕ ਜਰਾ ਦੇ ਦਿਓ ਚੰਗੀ ਤਰ੍ਹਾਂ। ਤੁਹਾਡਾ ਕਿਹੜਾ ਜ਼ੋਰ ਲੱਗਣਾ ਵਾ, ਇਹਦਾ ਜ਼ੋਰ ਲੱਗ ਗਿਆ ਵੀਡੀਓ ਬਣਾ ਬਣਾ ਕੇ ਮੇਰਾ ਭਰਾਵਾ। ਚਲੋ ਜੀ, ਅਸੀਂ ਤੁਹਾਨੂੰ ਪਹਿਲੇ ਕਹਿ ਰਹੇ ਹਾਂ ਸਾਡਾ ਹੈਗਾ ਦੇਸੀ ਮਾਹੌਲ, ਠੀਕ ਹੈ। ਪਸੰਦ ਆਵੇ ਤਾਂ ਲਾਈਕ ਜ਼ਰੂਰ ਕਰਨਾ, ਕਮੈਂਟ ਵੀ ਕਰਨਾ ਹੈ ਅਤੇ ਸਬਸਕ੍ਰਾਈਬ ਵੀ ਕਰਨਾ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ। ਸਾਡਾ ਦੇਸੀ ਮਾਹੌਲ ਹੈ, ਠੀਕ ਹੈ, ਅਸੀਂ ਦੇਸੀ ਮਾਹੌਲ 'ਚ ਖੁਸ਼ ਰਹਿੰਦੇ ਹਾਂ, ਦੇਸੀ ਮਾਹੌਲ 'ਚ ਅਸੀਂ ਮਜ਼ੇ ਕਰਦੇ ਹਾਂ। ਅਗਰ ਤੁਹਾਨੂੰ ਪਸੰਦ ਆਵੇ, ਅਸੀਂ ਇੱਕ ਸਾਡੇ ਦੋਸਤ ਦਾ ਡੇਰਾ ਹੈ ਚੋਰੀ ਆਰਫ ਜਲਾਨੀ ਗੁਜਰ, ਠੀਕ ਹੈ, ਉਹਦੇ ਡੇਰੇ 'ਤੇ ਅਸੀਂ ਆਏ ਹਾਂ। ਉਹਦੇ ਡੇਰੇ 'ਤੇ ਆਣ ਕੇ ਅਸੀਂ ਖਾਣਾ ਛਾਣਾ ਬਣਾ ਰਹੇ ਹਾਂ, ਇਹ ਖਾਣਾ ਛਾਣਾ ਸਾਡਾ ਬਣਦਾ ਪਿਆ ਵਾ, ਠੀਕ ਹੈ। ਇਹ ਮੇਰੇ ਖਿਆਲ ਤੱਤਾ ਹੀ ਹੋਏ ਕੁਛ ਨਾ ਕੁਛ ਕੁਛ ਨਾ, ਇਹ ਦੇਖੋ ਜੀ ਇਹ ਕਿਆ ਬਾਤ ਹੈ। ਅਤੇ ਸਾਡੇ ਵਾਸਤੇ ਦੁਆ ਵੀ ਕਰਨੀ ਅਤੇ ਮੁਹੱਬਤ ਵੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ, ਅਸਲਾਮੁ ਅਲੈਕਮ। ਅਸੀਂ ਅੱਜ ਖਾਣਾ ਛਾਣਾ ਬਣਾ ਰਹੇ ਹਾਂ, ਪਾਰਟੀ ਦਾ ਪ੍ਰੋਗਰਾਮ ਹੈ। ਇਹ ਸਾਡਾ ਭਰਾ ਵੇ, ਨੈਟ ਮਾਰ ਵੀ ਭਰਾ ਲਓ, ਮੁਸਤਫਾ, ਮੁਹੰਮਦ ਮੁਸਤਫਾ ਇਹਦਾ ਨਾਮ ਹੈ। ਬਾਕੀ ਦੋਸਤ ਵੀ ਆਏ ਨੇ ਸਾਡੇ, ਠੀਕ ਹੈ, ਦੇਖੋ। ਅਤੇ ਖਾਣਾ ਛਾਣਾ ਅਸੀਂ ਬਣਾ ਰਹੇ ਹਾਂ, ਖਾਣਾ ਛਾਣਾ ਖਾਣਾ ਹੋਵੇ ਤਾਂ ਕਿਸੇ ਭਰਾ ਨੇ ਆ ਜਾਓ, ਟੈਨਸ਼ਨ ਨਹੀਂ ਹੈਗੀ ਤੁਹਾਨੂੰ, ਠੀਕ ਹੈ। ਇੱਧਰ ਮਾਰ ਵੀ ਲੈਟ ਮੇਰਾ ਵੀਰ, ਇਹ ਦੇਖੋ ਨਾ, ਇਹ ਦੇਖੋ, ਇਹ ਦੇਖੋ ਕਿਆ ਬਾਤ ਹੈ ਜੀ, ਜ਼ਬਰਦਸਤ ਮਾਸ਼ਾਅੱਲਾ। ਮੈਂ ਭਰਾਵਾਂ ਕੋਲ ਅੰਦਰ ਵੀ ਲੈ ਕੇ ਆਉਂਦਾ ਵਾਂ, ਟੈਨਸ਼ਨ ਨਹੀਂ ਲੈਣੀ। ਅਤੇ ਦੂਜਾ ਸਾਡਾ ਭਰਾ ਇਹ ਭਾਈ, ਇਹ ਅਲੀ ਭਾਈ ਆ, ਠੀਕ ਹੈ, ਇਹ ਵੀ ਸਾਡਾ ਦੋਸਤ ਹੈ। ਅਤੇ ਇਹ ਮੁਸਤਫਾ ਜਿਹੜਾ ਤੁਹਾਨੂੰ ਦਾਰ ਨਹੀਂ ਸੀ ਦਿਖਾਇਆ, ਦੇਖ ਲਓ, ਠੀਕ ਹੈ। ਹੁਣ ਤੁਹਾਨੂੰ ਅਸੀਂ ਲੈ ਕੇ ਜਾਂਦੇ ਹਾਂ ਆਪਣੇ ਭਰਾ ਜਿਹੜੇ ਨਾ ਅੰਦਰ ਬੈਠੇ, ਸਾਡੇ ਦੋਸਤ, ਸਾਡੇ ਜਿਗਰ। ਇਹ ਹੈਗਾ ਜੀ ਮੁਹੰਮਦ ਜਬਾਰ ਉਰਫ ਜਬਾਰੀ ਗੁਜਰ, ਚੱਕ ਨੰਬਰ 360 WB। ਇਹ ਹੈਗੇ ਸਾਡੇ ਵਕੀਲ ਭਾਈ ਸਾਜਦੂਨ ਕਾਦਰ, ਠੀਕ ਹੈ, ਸਾਜਦੂਨ ਕਾਦਰ ਇਹ ਵਕੀਲ ਨੇ, ਐਡਵੋਕੇਟ ਨੇ ਭਾਈ ਜਾਨ, ਸਾਡੇ ਦੋਸਤ ਨੇ। ਅੱਜ ਸਾਡਾ ਖਾਣਾ ਛਾਣਾ ਪੱਕ ਰਿਹਾ ਅਤੇ ਇਹ ਇਨਸ਼ਾਲਾ ਇੰਜੋਏ ਕਰਨ ਆਏ ਨੇ ਇੱਥੇ। ਇਹ ਸਾਡੇ ਦੋਸਤ ਨੇ ਆਰਫ ਹੁਸੈਨ ਜਲਾਨੀ। ਭਰਾਵੋ ਤੁਹਾਡੀ ਮਿਹਨਤ ਆ ਯੂਟਿਊਬ ਵਾਲਿਆਂ ਦੀ, ਇਸ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ ਕਰ ਦਿਓ ਹੈ। ਅਤੇ ਭਰਾਵੋ ਇਹ ਦੇਸੀ ਜਿਹਾ ਚੈਨਲ ਬਣਾਇਆ ਸਾਡੇ ਵੀਰ ਨੇ, ਇਹਨੂੰ ਲਾਈਕ ਜਰਾ ਦੇ ਦਿਓ ਚੰਗੀ ਤਰ੍ਹਾਂ। ਤੁਹਾਡਾ ਕਿਹੜਾ ਜ਼ੋਰ ਲੱਗਣਾ ਵਾ, ਇਹਦਾ ਜ਼ੋਰ ਲੱਗ ਗਿਆ ਵੀਡੀਓ ਬਣਾ ਬਣਾ ਕੇ ਮੇਰਾ ਭਰਾਵਾ। ਚਲੋ ਜੀ, ਅਸੀਂ ਭਾਈ ਜਾਨ ਇੰਜੋਏ ਕਰ ਰਹੇ ਹਾਂ, ਸਾਡੇ ਇੱਕ ਛੜਾ ਭਰਾ ਹੈਗਾ, ਉਹਦੇ ਵਾਸਤੇ ਤੁਸੀਂ ਜ਼ਰੂਰ ਦੁਆ ਕਰਨੀ ਹੈ। ਅਤੇ ਖਾਣਾ ਖਾਣ ਲੱਗੇ ਵੀ ਇਨਸ਼ਾਅੱਲਾ ਤੁਹਾਨੂੰ ਅਸੀਂ ਵਿਖਾਵਾਂਗੇ। ਅਗਰ ਕਿਸੇ ਭਰਾ ਨੇ ਸਾਡੇ ਤਰਫੋਂ ਖਾਣੇ ਦਾ ਲੁਤਫ ਲੈਣਾ ਹੋਵੇ ਜਾਂ ਖਾਣਾ ਖਾਣਾ ਹੋਵੇ ਤਾਂ ਅਸੀਂ ਭਾਈ ਹਾਜ਼ਰ ਹਾਂ, ਸਾਨੂੰ ਕਾਲ SMS ਕੁਛ ਵੀ ਕਰ ਸਕਦੇ ਹੋ, ਸਾਡੇ ਕੋਲ ਆਓ, ਸਾਨੂੰ ਮਿਲੋ, ਅਸੀਂ ਤੁਹਾਡੀ ਮਹਿਮਾਨ ਨਵਾਜ਼ੀ ਕਰਾਂਗੇ। ਅਤੇ ਇਹ ਸਾਡਾ ਭਰਾ ਜਿਹੜਾ ਮੁਸਤਫਾ, ਇਹ ਸਾਡਾ ਕੁੱਕ ਵੀ ਹੈਗਾ ਵਾ ਜਿਹੜਾ ਇਸ ਟਾਈਮ ਖਾਣਾ ਬਣਾ ਰਿਹਾ। ਅਗਰ ਤੁਸੀਂ ਇਹਦੇ ਹੱਥ ਦਾ ਖਾਣਾ ਇੱਕ ਵਾਰੀ ਖਾ ਲਓ, ਇਨਸ਼ਾਅੱਲਾ ਥਾਲੀਆਂ ਚੱਟੋਗੇ ਥਾਲੀਆਂ, ਠੀਕ ਹੈ ਨਾ। ਅਤੇ ਛੜੇ ਭਰਾ ਵਾਸਤੇ ਦੁਆ ਕਰਨਾ ਨਹੀਂ ਭੁੱਲਣਾ ਅਤੇ ਚੈਨਲ ਵੀ ਸਬਸਕ੍ਰਾਈਬ ਕਰਨਾ ਜੇ, ਮਿਹਰਬਾਨੀ।